ਫਿਲਮ ਵਾਲਾ ਹਿਸਾਬ ਆ, ਬਜਟ ਸਾਡਾ ਲੱਖਾਂ ਦਾ, ਪਰ ਅਸੀਂ 3 ਘੰਟੇ ਹੀ ਸਾੜ ਕੱਢ ਦੇਣਾ, ਚੀਕਾਂ ਮਰਾ ਦੇਣੀਆਂ, ਪੈਰ ਤੇ ਪੈਂਤਰਾ ਦਿਖਾ ਦੇਣਾ, ਘਰੇ ਖਾਣ ਨੂੰ ਕੁਛ ਰਵੇ ਜਾਂ ਨਾ ਰਵੇ, ਵੱਧ ਚੜ ਕੇ ਦਿੰਦੇ ਆ। ਜਾਣੀ ਮਾੜੇ ਤੋਂ ਮਾੜਾ ਵੀ ਬੰਦਾ ਆਪਦੀ ਗਰਾਈ ਆਪਦੇ ਵੈਤ ਨਾਲੋਂ ਜ਼ਿਆਦਾ ਦਿੰਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਾ ਮੈਂ ਇਤਿਹਾਸਕ ਧਰਤੀ ਦੇ ਉੱਤੇ ਪਹੁੰਚਿਆ ਹੋਇਆ ਵਾਂ, ਜ਼ਿਲ੍ਹਾ ਆਪਣਾ ਫਿਰੋਜ਼ਪੁਰ ਪੈ ਜਾਂਦਾ। ਅਤੇ ਵੱਡੀ ਗੱਲ ਤੁਹਾਨੂੰ ਦੱਸਦਿਆਂ ਵੀ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋਏ ਆ, ਅਤੇ ਟੂਰਨਾਮੈਂਟ ਇਹਨਾਂ ਦਾ 71ਵਾਂ। ਮੈਂ ਦੱਸਦਿਆਂ ਵੀ ਕਮਾਲ ਦੀ ਗੱਲ ਆ ਇਹ, ਅਤੇ ਸਵਾਗਤ ਕਰਦੇ ਹਾਂ ਅਸੀਂ ਇਸ ਵਕਤ ਧੰਨਾ ਸ਼ਹੀਦ ਪਿੰਡ ਦੇ ਵਿੱਚ। ਹਾਂ ਬਾਈ ਜੀ, ਸਵਾਗਤ ਹੈ ਜੀ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਨਾਲ ਬਾਈ ਬੰਟੀ ਪ੍ਰਧਾਨ ਸਾਹਿਬ ਨੇ, ਜਸਪਾਲ ਸਿੰਘ ਜੀ ਨਾਲ ਬਾਈ ਜੀ ਹੋਣੀ ਨੇ। ਮੈਂ ਦੱਸਦਿਆਂ ਵੀ ਇਹ ਇਤਿਹਾਸਕ ਧਰਤੀ ਆ, ਵੱਡੇ ਟੂਰਨਾਮੈਂਟ ਹੁੰਦੇ ਆ, ਪੰਜਾਬ ਦੇ ਸਭ ਤੋਂ ਪੁਰਾਣੇ ਟੂਰਨਾਮੈਂਟਾਂ 'ਚ ਗਿਣਿਆ ਜਾਂਦਾ। ਬਾਈ ਜੀ, ਕਿੰਨੇ ਸਾਲ ਹੋ ਗਏ ਤੁਹਾਡੇ ਮੁਤਾਬਕ, ਵੀ ਕਦੋਂ ਤੋਂ ਚਲਾਇਆ ਕੰਮ, ਕਿਹੜੇ ਸਨ ਤੋਂ? ਸਾਡੀ ਤੋਂ ਵੈਸੇ ਸੁਰਤ ਤੋਂ ਪਹਿਲਾਂ ਦਾ ਹੀ ਆ, ਹੁਣ ਇਹਨੂੰ 71ਵਾਂ ਦੀ ਤੋਂ ਹੋ ਰਿਹਾ ਜੀ। 71ਵਾਂ ਟੂਰਨਾਮੈਂਟ ਆ? ਹਾਂਜੀ। ਮਤਲਬ ਪਹਿਲਾਂ ਤੋਂ ਤੁਰਿਆ ਆਉਂਦਾ? ਪਹਿਲਾਂ ਤੋਂ ਤੁਰਿਆ ਆਉਂਦਾ, 20 ਸਾਲ ਹੋ ਗਏ ਆ ਯਾਨੀ ਦੀ ਮੇਰੇ ਕੋਲ ਸੇਵਾ ਹੀ। ਅੱਛਾ, ਪ੍ਰਧਾਨਗੀ ਦੀ ਸੇਵਾ ਜਾਂ, ਹੈ ਨਾ? ਠੀਕ ਆ। ਤੇ ਉਦੋਂ ਪਹਿਲਾਂ ਗੱਲ ਸੁਣਦੇ ਵੀ ਨਿਕਾ ਜਿਹਾ ਦੇਖਣ 'ਚ ਪਿੰਡ ਨਿਕਾ ਜਿਹਾ ਲੱਗਦਾ। ਹਾਂਜੀ। ਤੇ ਏਡਾ ਮਾਰਕਾ ਕਿਵੇਂ ਮਾਰ ਲਿਆ ਵੀ ਲਗਨ ਟੁੱਟੀਆਂ? ਅਕਸਰ ਤਾਂ ਹੁੰਦਾ ਵੀ ਲੈ ਵੀ ਟੂਰਨਾਮੈਂਟ ਕਮੇਟੀਆਂ 4 ਸਾਲ 5 ਸਾਲ ਕਰਾਉਂਦੀਆਂ, ਹਾਂਜੀ, ਉਹ ਟੁੱਟ ਟੁੱਟ ਜਾਂਦੀਆਂ। ਹਾਂਜੀ। ਹੋਰ ਉਹਨਾਂ ਦੇ ਆਪਦੇ ਕਲੇਸ਼ ਪੈ ਜਾਂਦੇ, ਤੇ ਇਹ ਕਿਵੇਂ ਨਿਰੰਤਰ ਜਾਰੀ ਰੱਖਿਆ ਫਿਰ? ਜੀ, ਜਿਹੜਾ ਬਾਬਾ ਜੀ ਦੀ ਜਗ੍ਹਾ ਨਾ, ਬਾਬਾ ਜੀ ਦੇ ਨਾਂ 'ਤੇ ਸਾਡਾ ਪਿੰਡ ਵੱਜਿਆ ਜੀ। ਧੰਨਾ ਸ਼ਹੀਦ ਜੀ ਦਾ, ਬਾਬਾ ਜੀ ਦਾ ਵੀ ਨਾਮ ਬਾਬਾ ਧੰਨਾ ਸ਼ਹੀਦ ਜੀ। ਅੱਛਾ, ਉਹਨਾਂ ਦਾ ਧੰਨਾ ਸੀ ਤੇ ਉਹਨਾਂ ਦੇ ਨਾਂ 'ਤੇ ਧੰਨਾ ਸ਼ਹੀਦ, ਸ਼ਹਾਦਤ ਪ੍ਰਾਪਤ ਕੀਤੀ, ਬਹੁਤ ਜ਼ਿਆਦਾ ਆ ਪਿੰਡ। ਅੱਛਾ, ਤੋ ਇਸ ਕਰਕੇ ਲੋਕ ਬਾਬਾ ਜੀ ਦੀ ਅਗਰਾਈ ਭਲਾ ਘਰੇ ਖਾਣ ਨੂੰ ਕੁਛ ਰਵੇ ਜਾਂ ਨਾ ਰਵੇ, ਵੱਧ ਚੜ ਕੇ ਦਿੰਦੇ ਆ। ਜਾਣੀ ਮਾੜੇ ਤੋਂ ਮਾੜਾ ਵੀ ਬੰਦਾ ਆਪਦੀ ਅਗਰਾਈ ਆਪਦੇ ਵੈਤ ਨਾਲੋਂ ਜ਼ਿਆਦਾ ਦਿੰਦਾ। ਹਾਂ ਵੀ ਇਹ ਫਿਰ ਵੱਡੀ ਗੱਲ ਆ, ਮਤਲਬ ਪਿੰਡ ਦਾ ਇੱਕ ਇਸ ਮਸਲੇ ਤੇ ਹੈਗਾ, ਹੋਰ ਭਾਵੇਂ ਮਸਲੇ ਤੇ ਕਿਸੇ ਹੋਵੇ ਨਾ ਹੋਵੇ, ਪਰ ਜਿੱਥੇ ਪਿੰਡ ਦਾ ਨਾਂ ਬਣਨਾ ਉੱਥੇ ਇੱਕ ਮੈਕ ਆ, ਇਹ ਵੱਡੀ ਗੱਲ ਆ, ਹਨਾ? ਬਈ ਜੀ, ਗੱਲ ਹੈ ਵੀ ਟੂਰਨਾਮੈਂਟ ਹੋਣਾ ਕਿਹੜੀ ਤਰੀਕ ਨੂੰ ਹੋਣਾ ਆਪਣਾ? ਇਹ 29 ਤਰੀਕ ਨੂੰ ਤਾਂ ਇੱਥੇ ਭੋਗ ਪੈਣਾ ਜੀ, 31 ਤਰੀਕ ਨੂੰ ਟੂਰਨਾਮੈਂਟ ਜਿਹੜਾ ਵੱਡੇ ਪੜਾਕੇ ਪੈਣ ਵਾਲਾ ਕੰਮ, 31 ਅਗਸਤ ਨੂੰ 2022 ਤੇ ਦਰਸ਼ਕੋ ਨੋਟ ਕਰ ਲਓ, 31 ਅਗਸਤ 2022 ਤੇ ਨਾਮ ਵੀ ਇਹਨਾਂ ਦੇ ਵੱਡੇ ਹੀ ਹੁੰਦੇ ਆ, ਤਕਰੀਬਨ ਦੱਸਦੇ ਵੀ ਬਜਟ ਮਿਲੀਅਨਾਂ ਦੇ ਵਿੱਚ ਹੀ ਹੁੰਦਾ, ਹੈ ਨਾ ਬਾਈ ਬੰਟੀ ਵੀਰੇ? ਕਿੰਨਾ ਕੁ ਬਜਟ ਵੀਰੇ? ਯਾਨੀ ਕਿ ਆਪਣੇ 10 ਤੋਂ 11 ਲੱਖ ਰੁਪਈਆ ਜਿਹੜਾ ਵੀ ਇੱਕ ਦਿਨ ਦੇ ਵਿੱਚ ਖਰਚਾ ਆ ਜਾਂਦਾ। ਅੱਛਾ, ਤੇ ਬਾਕੀ ਜਿਹੜਾ ਵੀ ਅਸੀਂ ਕੱਲਾ ਕਬੱਡੀ ਨੂੰ ਨਹੀਂ ਤਰਜੀਹ ਦਿੰਦੇ, ਪਿੰਡ ਦੇ ਵਿੱਚ ਸਫਾਈ ਦਾ ਕੰਮ ਹੋਵੇ ਉਹ ਵੀ, ਤੇ ਨਾਲ ਜਿਹੜਾ ਵੀ ਆਪਣੇ ਰੰਗ ਰੋਗਣ ਕਰਨਾ ਉਹ ਵੀ। ਹੁਣ ਬਾਬਾ ਜੀ ਦੀ ਜਗ੍ਹਾ ਬਣਾਈ ਆ, ਸਾਡੇ ਪ੍ਰਧਾਨ ਸਾਹਿਬ ਜੀ ਨੂੰ ਅਸੀਂ ਧੰਨਵਾਦ ਕਹਿੰਦੇ ਆ ਵੀ ਬਹੁਤ ਜ਼ਿਆਦਾ ਵਧੀਆ ਕੰਮ ਹੋਇਆ, ਤੁਸੀਂ ਦੇਖਿਆ ਵੀ ਆ ਜੀ, ਵਧੀਆ ਜਗ੍ਹਾ ਜਿਹੜੀ ਅਸੀਂ ਲੱਗੇ ਆ, ਸਾਨੂੰ 2 ਸਾਲ ਹੋ ਗਏ, ਪਹਿਲਾਂ ਗੁੰਮਸ ਬਣਾਇਆ ਜੀ, ਤੇ ਫਿਰ ਹੁਣ ਐਤਕੀ POP ਕਰਾ ਕੇ ਤੇ ਕਲਰ ਕੀਤਾ, ਤੇ ਉਦੋਂ ਬਾਅਦ ਜਿਹੜੇ ਹੁਣ ਪਿੰਡ ਦੀ ਸਫਾਈ ਹੋਵੇ ਜਾਂ ਕੋਈ ਸਾਂਝਾ ਕੰਮ ਹੋਵੇ ਜਾਂ ਸਿਵਿਆਂ ਦੀ ਸਫਾਈ ਹੋਵੇ, ਇਹ ਸਾਰੇ ਮੁੰਡੇ ਜਿਹੜੇ ਸਾਡੇ ਆ ਇਹ ਸਾਲ ਭਾਰੀ 365 ਦਿਨ ਹੀ ਬਰਕਰਾਰ ਰਹਿੰਦੇ ਆ, ਜੋਸ਼ ਇਹਨਾਂ 'ਚ ਪੂਰਾ ਫੁੱਲ ਹੀ ਰਹਿੰਦਾ। ਇਹ ਨਹੀਂ ਵੀ ਹੈਗਾ ਵੀ ਮੇਲਾ ਆ ਗਿਆ ਉਦੋਂ ਹੀ ਜੋਸ਼ ਆ, ਮੈਂ ਕਰੰਟ 'ਚ ਹੀ ਰਹਿੰਦੇ ਆ, ਕਰੰਟ 'ਚ ਹੀ ਰਹਿੰਦੇ ਇਹਨਾਂ 'ਚ। ਉਹ ਕਹਿੰਦੇ ਵੀ ਜਿਵੇਂ ਬਿਜਲੀ ਵਾਲਾ ਕੰਮ ਆ ਇਹਨਾਂ ਦਾ ਵੀ, ਟੂਰਨਾਮੈਂਟ ਦਾ ਹੋ ਗਿਆ ਸਮਾਂ ਬਹੁਤ, ਥੋੜਾ ਨਾਂ ਬਹੁਤ ਆ, ਟੀਮਾਂ ਚੰਗੀਆਂ ਆਉਂਦੀਆਂ, ਇਹ ਗੱਲ ਦੀ ਗਰੰਟੀ ਮੰਨਦੇ ਆ ਲੋਕ, ਭਾਈ ਇੱਥੇ ਚੱਲਾਂਗੇ ਹੋਰ ਕਿਤੇ ਨਾ ਜਾਈਏ ਨਾ ਜਾਈਏ। ਹਾਂਜੀ, ਤੇ ਇਹ ਐਰ ਕੀ ਫਿਰ ਨਾਮ ਵੀ ਵੱਡੇ ਰੱਖੇ ਜਾਂ ਕਿਵੇਂ ਆ? ਨਾਮ ਜੀ ਅਸੀਂ ਨਾ ਪਤਾ ਕੀ ਚੱਕਰ ਆ ਵੀ ਅਸੀਂ ਜਿਵੇਂ ਹੁਣ ਪਲੇਅਰਾਂ ਨੂੰ ਪਹਿਲਾਂ ਕਹਿਣਾ ਹੁੰਦਾ, ਕਈ ਵਾਰੀ ਡੇਟ ਨਾਲ ਭਿੜ ਜਾਂਦੀ ਆ, ਤੇ ਅਸੀਂ ਕਦੇ ਵੀ ਪੋਸਟਰ ਨਹੀਂ ਛਪਾਏ ਟੂਰਨਾਮੈਂਟ ਦੇ, ਕੱਲਾ ਬਸ ਇੰਨਾ ਇੱਕ ਜਿਵੇਂ ਆਪਾਂ ਕਹਿ ਦਈਏ ਵੀ ਦੱਸੀ ਦਾ ਹੀ ਲੋਕਾਂ ਨੂੰ ਵੀ 31 ਨੂੰ ਮੇਲਾ ਜੀ, ਬਸ ਲੋਕ ਬਸ ਇੰਨਾ ਹੀ। ਇਹ ਨਹੀਂ ਹੈਗਾ ਵੱਡੇ ਵੱਡੇ ਫਲੈਕਸ ਲਾ ਦਿਓ ਤੇ ਵਿੱਚੋਂ ਨਿਕਲੇ ਕੁਛ ਹੈ ਨਾ, ਸਾਡਾ ਕੰਮ ਆ ਵੀ ਅਸੀਂ ਕਦੇ ਇਸ਼ਤਿਹਾਰ ਨਹੀਂ ਛਪਾਏ ਫੋਟੋ ਵਾਲੇ ਨਾ, ਕੱਲਾ ਗੋਲ ਸਟਿੱਕਰ ਛਪਾਉਣਾ, ਉਹਦੇ ਤੇ ਵੀ ਕੋਈ ਨਾਮ ਨਹੀਂ ਲਿਖਿਆ ਹੁੰਦਾ ਵੀ ਫਲਾਨਾ ਸੋ ਫਲਾਨਾ ਸੋ, ਨਾ ਉਹ ਕੋਈ ਨਹੀਂ ਵੀ, ਬਸ ਸਾਡੇ ਜਿੰਨੇ ਵੀ ਸਾਡੇ ਸਪੌਂਸਰ ਆ ਜਿਵੇਂ ਵੀ ਜਗਦੀਪ ਸਿੰਘ ਕਾਲਾ ਜੀ ਉੱਤੇ ਭਜਾਉਂਦੇ, ਸਾਡੇ ਚਾਚਾ ਜੀ ਆ ਬਾਈ ਜਸਵਿੰਦਰ ਆ ਕੈਨੇਡਾ ਤੋਂ, ਉਹਨਾਂ ਦੀ ਆਪਦੀ ਟਰਾਂਸਪੋਰਟ ਆ ਬਾਹਰ, ਚਾਚਾ ਜੀ ਹੁਣ ਚਾਚਾ ਜੀ ਦੇ 2 ਬੇਟੇ ਆ ਬਾਹਰ, ਜਿੰਨੇ ਵੀ ਸਾਡੇ ਬੰਦੇ ਆ ਸਾਰੇ ਸਹਿਯੋਗ ਦਿੰਦੇ ਆ। ਹੁਣ ਨਾਂ ਲੈਣ ਨੂੰ ਤਾਂ ਵੀਰੇ ਬਹੁਤ ਨਾਂ, ਇੱਥੇ ਫਿਰ ਕੋਈ ਗੁੱਸਾ ਨਾ ਕਰੇ ਵੀ ਯਾਰ ਸਾਡਾ ਨਾਂ ਨਹੀਂ ਲਿਆ ਗਿਆ, ਪਰ ਸਾਨੂੰ ਆਏ ਵੀ ਮਿੰਨਤਾਂ ਕਰਨ ਦੀ ਲੋੜ ਵੀ ਨਹੀਂ ਪੈਂਦੀ ਯਾਰ, ਸਾਨੂੰ ਪੈਸੇ ਭੇਜੋ, ਉਹਨਾਂ ਨੂੰ ਫੋਨ ਕਰੀਦਾ ਹਾਂ ਜੀ ਅਸੀਂ ਆਪਾਂ ਟੂਰਨਾਮੈਂਟ, ਉਹ ਕਹਿੰਦੇ ਵੀ ਬਾਅਦ ਚੜ੍ਹ ਕੇ ਕਰਾਓ, ਐਟੋਮੈਟਿਕ ਹੀ ਪੈਸੇ ਡਿੱਗੀ ਆਉਂਦੇ ਆ, ਸਾਨੂੰ ਕਦੇ ਅੱਜ ਤੱਕ ਥੋੜ੍ਹ ਨਹੀਂ ਆਈ ਪੈਸਿਆਂ ਦੀ।
ਨਹੀਂ ਆ ਫਿਰ ਚੜ੍ਹਦੀ ਕਲਾ ਕੰਮ ਐਨ ਆਰ ਆਈ ਵੀਰਾਂ ਦਾ ਧੰਨਵਾਦ ਵੱਧ ਕਰਦੇ ਹਾਂ ਇੱਥੋਂ ਵਾਲੇ ਪ੍ਰਬੰਧਕ ਹੋ ਗਏ ਚੰਗੇ ਤੇ ਉਹਨਾਂ ਦਾ ਪੈਸਾ ਹੋ ਗਿਆ ਦੋਨੇ ਰਲ ਕੇ ਫਿਰ ਦੱਬੀ ਤੁਰੇ ਉਹਨੂੰ ਕੰਮ ਹਨਾ ਕਿਉਂਕਿ ਇਕੱਲੇ ਦਾ ਬਸਦਾ ਰੋਗ ਇੱਥੋਂ ਵਾਲੇ ਰੁਪਈਏ ਨਾਲ ਤਾਂ ਟੀਪੀ ਹੁੰਦੀ ਆ ਇਕੱਲੀ ਹਨਾ ਬਾਕੀ ਤੁਹਾਨੂੰ ਆਪਣੇ ਮੋਹਨ ਸਿੰਘ ਜੀ ਆ ਇਹਨਾਂ ਨੇ ਮੇਲਾ ਇੱਥੋਂ ਤੱਕ ਲੈ ਕੇ ਆਂਦਾ ਬਾਈ ਜੀ ਹੁਣੀ ਹਾਂ ਬਾਈ ਜੀ ਹੁਣੀ ਅਸੀਂ ਤਾਂ ਬਾਅਦ ਚ ਉੱਠੇ ਪਹਿਲਾਂ ਵਾਂਗ ਡੋਰ ਇਹਨਾਂ ਕੋਲੇ ਸੀ ਜਿਵੇਂ ਬਲਵਿੰਦਰ ਫਿੱਡਾ ਜੀ ਅਰਜਨ ਅਵਾਰਡੀ ਅਸੀਂ ਉਹਨਾਂ ਨੂੰ ਗੋਲਡ ਮੈਡਲ ਪਾਇਆ ਵੀਰੇ ਜੀ ਤੇ ਅਸੀਂ ਇਹ ਨਹੀਂ ਹੈਗਾ ਵੀ ਨਵੇਂ ਮੁੰਡੇ ਆ ਹਰੇਕ ਸਾਲ ਪੁਰਾਣੇ ਤੋਂ ਪੁਰਾਣਾ ਪਲੇਅਰ ਸੱਦ ਕੇ ਅਸੀਂ ਗੋਲਡ ਮੈਡਲ ਪਾਉਣੇ ਆ ਜਿਵੇਂ ਰਾਣਾ ਵੰਝ ਹੋਇਆ ਬਲਵਿੰਦਰ ਫਿੱਡੂ ਹੋਇਆ ਬਿੱਲੂ ਹੋਇਆ ਰਾਜੇ ਆਣੀਆਂ ਤੇ ਜੋਤਾ ਸਭਰਾ ਤੇ ਜਿਵੇਂ ਡਾਕਟਰ ਰਾਸ਼ਨ ਬੜੀ ਜੀ ਆ ਉਹਨਾਂ ਨੂੰ ਵੀ ਅਸੀਂ ਸਨਮਾਨ ਕਰ ਚੁੱਕੇ ਆ ਹੁਣ ਉਹਨਾਂ ਦੀ ਡੈਥ ਹੋ ਗਈ ਆ ਸਾਡੇ ਕਮੈਂਟਰੀ ਕਰਨ ਆਉਂਦੇ ਰਹੇ ਉਹ ਪ੍ਰੋਫੈਸਰ ਸੀਗੇ ਐਗਰੀਕਲਚਰ ਯੂਨੀਵਰਸਿਟੀ ਚ ਹੁਣ ਤੁਹਾਨੂੰ ਮੋਹਨ ਸਿੰਘ ਜੀ ਦੱਸ ਦੇਣਗੇ ਬਾਕੀ ਗੱਲਬਾਤ ਜੀ ਤੇ ਮਤਲਬ ਗੱਲ ਇਹ ਵੀ ਤੁਹਾਡਾ ਪਹਿਲਾਂ ਤਾਂ ਧੰਨਵਾਦ ਵੀ ਕਰਾਂਗੇ ਬਾਈ ਤੁਸੀਂ ਏਕਾ ਬਰਕਰਾਰ ਰੱਖਿਆ ਹਨਾ ਤੇ ਐਰ ਕੀ ਫਿਰ ਕਿੰਨੀਆਂ ਕੁ ਕਲੱਬਾਂ ਆਉਣ ਦੇ ਆਸਾਰ ਆ ਜੇ ਕੋਈ ਜ਼ੋਰ ਤਾਂ ਲਾਵਾਂਗੇ ਬਾਕੀ ਖਿਡਾਰੀ ਬਾਹਰਲੇ ਦੇਸ਼ਾਂ ਜਾ ਨੇੜ ਜਾ ਕੇ ਪਤਾ ਲੱਗੂਗਾ ਨੇੜ ਜੇ ਜਾ ਕੇ ਨਹੀਂ ਪਤਾ ਲੱਗ ਜਾਣਾ ਆਪਾਂ ਵੀਡੀਓ ਪਾ ਦੇਣੀ ਆਥਣ ਸਵੇਰ ਨੂੰ ਅਸੀਂ ਬਹੁਤਾ ਰੌਲਾ ਕਦੇ ਵੀ ਨਹੀਂ ਪਾਇਆ ਅੱਛਾ ਉਹਦੇ ਹੀ ਪਤਾ ਲੱਗਦਾ ਜਦੋਂ ਗਰਾਊਂਡ ਜਾ ਜਾਵੇ ਇਹ ਤਰੀਕ ਪੱਕੀ ਹੁੰਦੀ ਆ ਆਪਣੀ 31 ਅਗਸਤ ਹਾਂ ਬਸ ਫਿਰ ਤੁਹਾਡਾ ਤਾਂ ਫਿਰ ਪੱਕਾ ਕੰਮ ਹੀ ਆ ਨਾ ਅਸੀਂ ਆਏ ਹਾਂ ਹਰਭੇਸ ਆ ਵੀ ਜਿਵੇਂ ਸਿਆਣੇ ਕਹਿੰਦੇ ਵੀ ਸ਼ਾਨਾ ਸ਼ੂਨਾ ਲਾ ਕੇ ਚੀਕਾਂ ਮਰਾ ਦਿੰਦੇ ਆ 16 ਟੀਮਾਂ ਹੀ ਆਪਾਂ ਐਂਟਰ ਕਰਨੀਆਂ ਤੇ ਜਿਹਦੇ ਚੋਂ ਸੱਦੇ ਪੱਤਰ ਵਾਲੀਆਂ ਠੀਕ ਆ ਤੇ ਨਾਮ ਅਸੀਂ ਵੀ ਜਿੰਨਾ ਵੀ ਸਾਡੇ ਇੱਕ ਸਪੌਂਸਰਾਂ ਦੀ ਇਹ ਭਾਵੇਂ ਅਸੀਂ ਰੱਖ ਦਈਏ 100,000 ਭਾਵੇਂ ਰੱਖ ਦਈਏ 52,000 ਭਾਵੇਂ ਰੱਖ ਦਈਏ 71,000 ਉਹ ਸੇਵਾ ਹੀ ਲਾ ਦੀ ਬਾਈ ਐਤਕੀ ਪਹਿਲਾ ਨਾਮ ਤੂੰ ਦੇਣਾ ਤੇ ਬਾਹਰੋਂ ਆ ਜਾਣੇ ਆ ਪੈਸੇ ਵੀ ਸਾਡਾ ਪਹਿਲਾ ਨਾਮ ਯਾਰ ਮੈਂ ਦੇ ਦੂੰਗਾ ਐਤਕੀ ਕੋਈ ਉਹ ਜੀ ਗੱਲ ਨਹੀਂ ਹੈਗੀ 3 ਪਲੇਅਰ ਆਪਣੇ ਬਾਹਰੋਂ ਹੋਣੇ ਆ ਤੇ ਆਪਾਂ ਜਿੰਨਾ ਹਜੇ ਡਿਸਾਈਡ ਕਰਨਾ ਵੀ ਕਿੰਨਾ ਰੱਖੀਏ ਭਾਵੇਂ 81 ਰੱਖ ਦੇ ਭਾਵੇਂ 71 ਰੱਖ ਉਹਨਾਂ ਨੇ ਦੇ ਦੇਣੇ ਆ ਉਹਨਾਂ ਨੇ ਦੇ ਦੇਣੇ ਆ ਬੱਟਾ ਤੁਸੀਂ ਪਾਉਣਾ ਵਾ ਬੱਟਾ ਤੁਸੀਂ ਪਾਉਣਾ ਤੋਲਣਾ ਉਹਨਾਂ ਨੇ ਦੂਜੇ ਪਾਸੇ ਉਹਨਾਂ ਨੇ ਪਾਉਣੇ ਆ ਇਹ ਵੀ ਚੰਗੀ ਗੱਲ ਆ ਨਾ ਆਮ ਪਿੰਡਾਂ ਦੇ ਵਿੱਚ ਆਪਾਂ 16 ਹੀ ਟੀਮਾਂ ਇੰਟਰ ਕਰਨੀਆਂ ਤੇ ਜਿਹੜਾ ਇਹ ਨਹੀਂ ਹੈਗਾ ਵੀ ਆਮ ਟੂਰਨਾਮੈਂਟ ਹੁੰਦੇ ਆ ਵੀ 12 ਵੱਜ ਜਾਂਦੇ ਆ ਉਹ ਕੰਮ ਨਹੀਂ ਕਰਨਾ ਜਦੋਂ ਨੂੰ ਲੋਕਾਂ ਨੇ ਘਰੇ ਸ਼ਾਮ ਨੂੰ ਰੋਟੀ ਰੋਜ਼ ਰੁਟੀਨ ਚ ਖਾਂਦੇ ਆ ਉਸੇ ਟਾਈਮ ਹੀ ਦਰਸ਼ਕ ਵੀਰ ਘਰੇ ਜਾ ਕੇ ਆਪਦੀ ਰੁਟੀਨ ਚ ਰੋਟੀ ਖਾਣਗੇ 7:30-8 ਵਜੇ ਨੂੰ ਆਪਾਂ ਨਿਬੇੜ ਦੇਣਾ ਲਾਈਟਾਂ ਅਸੀਂ ਲਾਉਣੇ ਜ਼ਰੂਰ ਆ ਵੀ ਬਾਈ ਚਾਂਸ ਕਈ ਵਾਰੀ ਕੋਈ ਪ੍ਰੋਬਲਮ ਆ ਜੇ ਵੀ ਸਾਨੂੰ ਜਗਾਉਣੀਆਂ ਪੈ ਜਾਣ ਪਰ ਅਸੀਂ ਕੋਸ਼ਿਸ਼ ਸਾਡੀ ਇਹ ਹੁੰਦੀ ਵੀ ਅਸੀਂ ਲਾਈਟਾਂ ਜਗਾਈਏ ਹੀ ਨਾ ਉਦੋਂ ਪਹਿਲਾਂ ਹੀ ਨਿਬੜ ਜੇ ਟਾਈਮ ਨਾਲ ਹਾਂਜੀ ਹਾਂਜੀ ਮੈਂ ਨਾ ਪਿਛਲੀ ਵਾਰੀ ਬਾਈ ਇੱਥੇ ਆਇਆ ਸੀ ਬਾਈ ਰੂਬੀ ਦੇ ਨਾਲ ਆਇਆ ਸੀ ਹੁਣ ਤਾਂ ਵਿਚਾਰਾ ਇਸ ਦੁਨੀਆ ਤੇ ਨਹੀਂ ਰਿਹਾ ਹਨਾ ਆਪਣਾ ਯਾਰ ਤੇ ਉਹਦੇ ਨਾਲ ਆਇਆ ਸੀ ਮੈਂ ਦੇਖਿਆ ਤੁਹਾਡਾ ਪ੍ਰਬੰਧ ਕਰੜਾ ਜੇ ਕੋਈ ਚੰਗਾ ਖਿਡਾਰੀ ਵੀ ਲੇਟ ਹੋ ਜਾਂਦਾ ਸੀ ਉਹਦੇ ਗਲ ਪੈਂਦੇ ਸੀ ਉਹ ਦੱਸ ਤੋਂ ਲੇਟ ਆਇਆ ਹਾਂਜੀ ਹਾਂਜੀ ਇਹ ਗੱਲ ਚੰਗੀ ਹੈ ਖਿਡਾਰੀ ਦੇ ਨਾਲ ਖਿਡਾਰੀ ਰਹਿ ਗਿਆ ਜਿਹੜਾ ਸਮੇਂ ਦਾ ਪਾਇਬੰਦ ਹੋਣਾ ਉਹ ਵੱਖਰੀ ਗੱਲ ਹੈ ਹਨਾ ਹਾਂਜੀ ਹਾਂਜੀ ਇਹ ਇੱਕ ਦਿਨ ਦਾ ਹੀ ਹੋਊਗਾ ਹਾਂਜੀ ਇਹ ਇੱਕ ਦਿਨ ਦਾ 31 ਅਗਸਤ ਦਾ ਹੀ ਟੂਰਨਾਮੈਂਟ ਆਪਣਾ ਜੀ ਤੇ ਉਹ ਅੱਗੇ ਸਾਡਾ ਟੂਰਨਾਮੈਂਟ ਹੁੰਦਾ ਸੀਗਾ ਲਗਾਤਾਰ ਹੁਣ ਹਰਪ੍ਰੀਤ ਜੀ ਫਾਸਟ ਆ ਦੁਨੀਆ ਲੋਕਾਂ ਕੋਲੇ ਟਾਈਮ ਨਹੀਂ ਹੁੰਦਾ ਰੱਖਣ ਨੂੰ ਤਾਂ ਭਾਵੇਂ ਆਪਾਂ 4 ਦਿਨ ਵੀ ਰੱਖ ਲਈਏ ਕੋਈ ਆਪਣੇ ਕੋਲੇ ਪੈਸੇ ਦੀ ਕਮੀ ਨਹੀਂ ਪਰ ਲੋਕਾਂ ਦੇ ਵਿੱਚ ਜਿਵੇਂ ਹੁਣ ਫਿਲਮ ਦਾ ਬਜਟ ਕਿੰਨਾ ਹੁੰਦਾ ਤੇ ਫਿਲਮ 3 ਘੰਟਿਆਂ ਦੀ ਕੋਈ ਹੁੰਦੀ ਹੈ ਸਹੀ ਆ ਤੇ ਲੋਕੀ ਕਹਿੰਦੇ ਯਾਰ ਸਾਨੂੰ 3 ਘੰਟੇ ਦੀ ਸਵਾਦ ਆ ਗਿਆ ਵੀ ਸਾੜ ਕੱਢਤਾ ਵੀ ਸੰਨੀ ਦਿਓਲ ਦੀ ਫਿਲਮ ਆਈ ਆ ਜਾਂ ਕਿਸੇ ਦੀ ਵੀ ਆਈ ਆ ਅਸੀਂ ਵੀ ਫਿਲਮ ਵਾਲਾ ਹਿਸਾਬ ਆ ਬਜਟ ਸਾਡਾ 100,000 ਦਾ ਪਰ ਅਸੀਂ 3 ਘੰਟੇ ਦੀ ਸਾੜ ਕੱਢ ਦੇਣਾ ਚੀਕਾਂ ਮਰਾ ਦੇਣੀਆਂ ਪੈਰ ਤੇ ਪੈਂਤਰਾ ਦਿਖਾ ਦੇਣਾ ਪਹਿਲੋਂ 3 ਦਿਨ ਕਰਾਉਂਦੇ ਰਹੇ ਆ ਅੱਛਾ ਇੱਕ ਨਾ ਹੋਰ ਮੈਨੂੰ ਲੱਗਦਾ ਹੁੰਦਾ ਕਿਤਨਾ ਕਿਤੇ ਹੁਣ ਵੱਡੇ ਖਿਡਾਰੀ ਖੇਡਦੇ ਆ ਹਾਂਜੀ ਓਪਨ ਵਾਲੇ ਕਹਿ ਦਿੰਦੇ ਆ ਹਾਂਜੀ ਹਾਂਜੀ ਤੇ ਕਿਤੇ ਨਾ ਕਿਤੇ ਜਿਹੜੇ ਨਿੱਕੇ ਬੱਚੇ ਹੁੰਦੇ ਜਿਵੇਂ ਆਹ ਉਮਰ ਦੇ ਬੱਚੇ ਖੜੇ ਜਿਵੇਂ ਕਿ 38 ਕਿਲੋ ਹੁੰਦੀ ਸੀ 32 ਕਿਲੋ ਹੁੰਦੀ ਸੀ ਮਤਲਬ ਨਿਆਣੇ ਵੀ ਖੇਡ ਚ ਇਨਵੋਲਵ ਹੁੰਦੇ ਸੀ 8 ਕਿਲੋ ਰੱਖੀ ਆ ਵੀਰੇ ਐਤਕੀ ਅੱਛਾ ਪਿਛਲੇ ਸਾਲ ਸੀ ਓਪਨ ਨਾਲੇ ਓਪਨ ਦੇ ਮੈਚ 1 ਵਜੇ ਚੱਲਦੇ ਆ ਇਹ ਪਿੰਡ ਦੇ ਮੁੰਡੇ ਆਪਣੇ ਬਹੁਤ ਵਧੀਆ ਖੇਡਦੇ ਆ ਉਹ ਵੀ 62 ਕਿਲੋ ਆਪਾਂ ਰੱਖੀ ਆ ਨਾਲ 40 ਕਿਲੋ ਵਾਲੇ ਮੁੰਡੇ ਵੀ ਹੈਗੇ ਆ ਉਹਨਾਂ ਦਾ ਵੀ 1 ਸ਼ੋਅ ਮੈਚ ਪਿੰਡਿਆਂ ਦਾ ਕਰਾਉਣਾ ਆਪਾਂ ਤੇ ਉਹ ਆਮ ਰੂਟੀਨ ਦੇ ਵਿੱਚ ਜਿਹੜੇ ਛੋਟੀ ਉਮਰ ਵਾਲੇ ਬੱਚੇ ਤਿਆਰੀ ਕਰਦੇ ਹਾਂਜੀ ਪੂਰੀ ਤਿਆਰੀ ਕਰਦੇ ਸੀ 15-16 ਮੁੰਡੇ ਆਪਣੇ ਹੈਗੇ ਆ ਜੀ ਜਿਵੇਂ ਆਪਣਾ ਜਗਰਾਜ ਹੋਇਆ ਧੰਨਾ ਸ਼ਹੀਦਾ ਮੁੰਡਾ ਜਿਵੇਂ ਜੱਸਾ ਹੋਇਆ ਇਹ ਸਾਰੇ ਮੁੰਡੇ ਕਬੱਡੀ ਵਾਲੇ ਜਿਹੜੇ ਸੀਨੀਅਰ ਆ ਬਾਈ ਰਾਜਾ ਹੋਇਆ ਪਰਲੇ ਪਾਸੇ ਖੜਾ ਇਹਨੇ ਲੰਮਾ ਸਮਾਂ ਕਬੱਡੀ ਖੇਡੀ ਆ ਤੇ ਅਸੀਂ ਗਰਾਊਂਡ ਦੇ ਵਿੱਚ ਤਿਆਰੀ ਕਰਦੇ ਆ ਮੁੰਡੇ ਆਪਣੇ ਪਰ ਹੌਲੀ ਹੌਲੀ ਆ ਜਾਣਗੇ ਆਪਣੇ ਲੈਵਲ ਤੇ ਇਹ ਕਿਉਂਕਿ ਨਾ ਸ਼ੁਰੂਆਤ ਅੱਗੇ ਨਾ ਪਿੰਡ ਪੱਧਰ ਦੀਆਂ ਜਦੋਂ ਖੇਡਾਂ ਹੁੰਦੀਆਂ ਸੀ ਉਦੋਂ ਮੈਂ ਕਹਿੰਦਾ ਲੋਕਾਂ 'ਚ ਦੇਖਣ ਦਾ ਜਨੂੰਨ ਵੱਧ ਸੀ ਬਾਈ ਜਦੋਂ ਆਪਾਂ ਦੇਖ ਲੈ ਵੀ ਆਪਣੇ ਪਿੰਡ ਦੇ ਮੁੰਡੇ ਫਲਾਣੇ ਪਿੰਡ ਨੂੰ ਫੜ ਲਿਆ ਥੱਲੇ ਬੈਠੇ ਅੱਡੀਆਂ ਮਾਰੀ ਜਾਂਦੇ ਹੁੰਦੇ ਸੀ ਬੰਦੇ ਬਾਈ ਹੁਣ ਤੁਹਾਡੇ ਦੌਦਰ ਦੀ ਟੀਮ ਹੁੰਦੀ ਸੀ ਤੇਰੇ ਪਿੰਡ ਦੀ ਜੀ ਵੀ ਖੇਡਦੇ ਰਹੇ ਆ ਮੁੰਡੇ ਤੋ ਮੈਂ ਆਪ ਦੋਧਰ ਰਹਿੰਦਾ ਰਿਹਾ ਟਰੱਕ ਭਰ ਕੇ ਲੋਕੀ ਮਗਰ ਜਾਂਦੇ ਸੀਗੇ ਵੀ ਯਾਰ ਦੋਧਰ ਦਾ ਆਪਸ ਮੇ ਟੀਮ ਆ ਗਈ ਰੁਪਿਆਰਥੀ ਵਾਲੀ ਟੀਮ ਸੀ ਜਾਂ ਦੂਜੀ ਸੀ ਫੋਟੋ ਹੋਣੀ ਅੱਡ ਸੀ ਜਿਵੇਂ ਸਾਰੇ ਹਨਾ ਹਾਂਜੀ ਹਾਂਜੀ ਮਤਲਬ ਗੱਲ ਇਹ ਆ ਵੀ ਉਹ ਕਿਤਨਾ ਕਿਤੇ ਜਦੋਂ ਪਿੰਡ ਪੱਧਰ ਦੇ ਮੁਕਾਬਲੇ ਹੋ ਉਹ ਵੀ ਇੱਕ ਚੰਗਾ ਸੁਨੇਹਾ ਕਿਤਨਾ ਕਿਤੇ ਮਾੜਾ ਪ੍ਰਭਾਵ ਜਿਹੜੇ ਮਾੜੇ ਮਾੜੇ ਦਿਸਣ ਲੱਗੇ ਉਹ ਖਤਮ ਹੋ ਜਾਣਗੇ ਬਾਕੀ ਹਰਭੇਜ ਵੀਰ ਇਹ ਗੱਲ ਆ
ਵੀ ਸਾਡੇ 130-135 ਕਿਲੋਮੀਟਰ ਵਾਰ ਤੋਂ ਆਮ ਹੀ ਸਾਨੂੰ ਫੋਨ ਆਉਂਦਾ। ਪਿਛਲੇ ਵਾਰ ਵੀ ਮੈਨੂੰ ਬਹੁਤ ਫੋਨ ਆਏ ਬਈ ਕਿੰਨੇ ਵਜੇ, ਮੈਂ ਕਿਹਾ ਬਈ ਵੀ ਤੁਹਾਨੂੰ ਹਨੇਰਾ ਨਹੀਂ ਕਰਦੇ, ਭਾਵੇਂ ਸਾਡੇ ਕੋਲ ਰਾਤ ਵੀ ਰਿਹਾ ਪਿਓ, ਕੋਈ ਖੁੱਲਾ ਪ੍ਰਬੰਧ ਆ ਦੱਸ ਤੇ ਕੋਈ ਚੱਕਰ ਨਹੀਂ। ਤੇ 130-135 ਕਿਲੋਮੀਟਰ 150 ਕਿਲੋਮੀਟਰ ਵਾਰ ਤੋਂ ਵੀ ਲੋਕੀ ਆਉਂਦੇ ਆ। ਆਮ ਟੂਰਨਾਮੈਂਟਾਂ ਦੇ ਇਕੱਠ ਥੋੜਾ ਹੁੰਦਾ ਪਰ ਸਾਡੇ 25-26 ਹਜ਼ਾਰ ਬੰਦਾ ਆਉਂਦਾ ਹੀ ਆਉਂਦਾ। ਤੁਸੀਂ ਆਪ ਦੇਖਿਆ ਪਿਛਲੇ ਸਾਲ ਅਗਵਾਈ ਭਰਦਾ ਵੀ ਦਰਖਤਾਂ ਨੂੰ ਬੰਦੇ ਵੀ ਲੱਗਦੇ ਆ ਦਰਖਤਾਂ ਨੂੰ ਨਿੰਮਾ ਨੁੰਮਾ ਜੀ, ਮੈਂ ਕਹਿੰਦਾ ਲੱਦੀਆਂ ਪਈਆਂ ਹੁੰਦੀਆਂ, ਡਰ ਹੁੰਦਾ ਕਿਤੇ ਦੜੰਬ ਨੇ ਡਿੱਗਣਾ ਪੈਣਾ ਨਾ, ਵਕਤ ਖੜਾ ਕਰਨਗੇ। ਪਰ ਕੁੱਲ ਮਿਲਾ ਕੇ ਚੜ੍ਹਦੀ ਕਲਾ ਵਾਲਾ ਕੰਮ ਆ। ਹਾਂਜੀ, ਤੇ ਦਰਸ਼ਕੋ ਆ ਸਕਦੇ ਹੋ ਤਲਵੰਡੀ ਭਾਈ ਜੀ ਟੀ, ਜਦੋਂ ਆਪਾਂ ਜਗਰਾਮ ਮੋਗੇ ਤੋਂ ਫਿਰੋਜ਼ਪੁਰ ਨੂੰ ਜਾਂਦੇ ਹਾਂ ਤਲਵੰਡੀ ਭਾਈ ਆਉਂਦਾ, ਉੱਥੇ ਨਾਲ ਹੀ ਮਤਲਬ 5-7 ਕਿਲੋਮੀਟਰ ਹੀ ਬਣਦਾ। ਹਾਂਜੀ ਹਾਂਜੀ, ਤਲਵੰਡੀ ਭਾਈ ਤੋਂ ਜੀ ਰਾਈਟ ਸਾਈਡ ਮੁੜ ਕੇ ਤੇ ਸਕੂਲ ਦਾ ਗਰਾਊਂਡ ਆ ਉੱਥੇ, ਤੇ ਨੀਮਾ ਜਾ ਉੱਥੋਂ ਫਿਰ ਤੁਸੀਂ ਲੈਫਟ ਹੋ ਜਾਣਾ ਤੇ 5 ਕਿਲੋਮੀਟਰ ਬਾਅਦ ਤੇ ਆਪਣਾ ਜਿਹੜਾ ਇਹ ਖੋਸਾ ਦਾਲ ਸਿੰਘ ਰੋਡ ਤੇ ਪੈਂਦਾ ਜੀ ਧੰਨਾ ਸ਼ੀਰ। ਬਾਕੀ ਤੁਸੀਂ ਨਾ ਗੂਗਲ ਮੈਪ ਹੈਗਾ, ਮੈਪ ਤੇ ਮਾੜਾ ਜਿਹਾ ਭਰ ਲਓ ਧੰਨਾ ਸ਼ੀਰ, ਇੱਥੇ ਆ ਖੜਨਾ ਵਾ, ਬਾਹਲਾ ਪੁੱਛਣ ਪਛਾਉਣ ਦੀ ਲੋੜ ਨਹੀਂ। ਬਾਕੀ ਜਦੋਂ ਟੂਰਨਾਮੈਂਟ ਹੋਣਾ ਵਾ ਸਾਨੂੰ ਉਹੀ ਪਤਾ ਲੱਗ ਜਾਣਾ ਵੀ ਲੈ ਵੀ ਬੰਦੇ ਬਾਹਲੇ ਕਿੱਧਰ ਨੂੰ ਤੁਰੇ ਜਾਂਦੇ ਆ। ਇੱਕ ਵਾਰੀ ਦਰਸ਼ਕਾਂ ਨੂੰ ਅਸੀਂ ਫੇਰ ਦੱਸ ਦਿੰਦੇ ਹਾਂ ਕਿ ਧੰਨਾ ਸ਼ਹੀਦ ਕਬੱਡੀ ਟੂਰਨਾਮੈਂਟ ਜਿਹੜਾ 31 ਅਗਸਤ ਨੂੰ ਹੋ ਰਿਹਾ ਜੀ, 3 ਪਲੇਅਰ ਜੀ ਦੇ ਜਬਾਰੋਂ ਹੋਣਗੇ ਤੇ 16 ਟੀਮਾਂ ਜਿਹੜੀਆਂ ਐਂਟਰ ਕੀਤੀਆਂ ਜਾਣਗੀਆਂ ਤੇ ਦਰਸ਼ਕਾਂ ਨੂੰ ਸਵਾਦ ਆਊਗਾ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਉਣ ਤੇ ਪਿੰਡ ਵਾਸੀਆਂ ਦਾ ਬਾਈ ਜੀ ਹਰਭੇਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ, ਮਿਹਰਬਾਨੀ ਜੀ। ਗੱਲ ਉਹ ਵੀ ਚੰਗੇ ਬੰਦਿਆਂ ਨੂੰ ਮਿਲਣਾ ਵੀ ਖੁਸ਼ੀ ਵਾਲੀ ਗੱਲ ਹੁੰਦੀ ਆ, ਕਿਉਂਕਿ ਅੱਜ ਕੱਲ੍ਹ ਇੱਕ ਵਾਲੇ ਬੰਦੇ ਘੱਟ ਮਿਲਦੇ ਆ ਤੇ ਤੁਹਾਡੇ 'ਚੋਂ ਇੱਕਾ ਬਰਕਰਾਰ ਦਾ ਵਾਹਿਗੁਰੂ ਇੱਦਾਂ ਹੀ ਇੱਕਾ ਬਰਕਰਾਰ ਰੱਖੇ। ਤੇ ਮੈਂ ਕਹਿੰਦਾ ਬਾਕੀ ਸਪੋਰਟਸ ਦੇ ਵਿੱਚ ਪੰਜਾਬ ਅੱਗੇ ਅਨੂ ਜਾਵੇ, ਜਿਵੇਂ ਆਪਣਾ ਪਹਿਲਾਂ ਹੁੰਦਾ ਸੀ ਨਾ ਚੜ੍ਹਦੀ ਕਲਾ 'ਚ, ਹਰਿਆਣੇ ਤੋਂ ਪਹਿਲਾਂ ਉੱਤੇ ਹੁੰਦੀ ਸੀ ਆਪਾਂ, ਤਾਂ ਉਹੀ ਕਿਤੇ ਨਾ ਕਿਤੇ ਦੁਬਾਰੇ ਪਿੰਡ ਪੱਧਰ ਦੀਆਂ ਖੇਡਾਂ ਲੈ ਕੇ ਆਉਣਗੀਆਂ। ਸੋ ਦਰਸ਼ਕੋ ਮਿਲਦੇ ਹਾਂ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ। ਮਿਹਰਬਾਨੀ, ਧੰਨਵਾਦ।